ਸੋਂਦੇ ਸਮੇਂ ਤੁੰਨੀ ਵਿੱਚ ਦੋ ਬੂੰਦਾ ਤੇਲ ਦੀਆਂ ਪਾਓ ਤੇ ਦੇਖੋ ਇਸ ਦਾ ਕਮਾਲ ਨੰਬਰ 1 ਤੁੰਨੀ ਵਿੱਚ ਉਰਜਾਨਾ ਤੇਲ ਲਗਾਉਣ ਨਾਲ ਫਟੇ ਹੋਏ ਬੁੱਲ ਨਰਮ ਅਤੇ ਗੁਲਾਬੀ ਹੋ ਜਾਂਦੇ ਨੇ ਨੰਬਰ 2 ਜੇਕਰ ਤੁਹਾਡੇ ਚਿਹਰੇ ਤੇ ਕਈ ਤਰ੍ਹਾਂ ਦੇ ਦਾਗਾਂ ਦੀ ਸਮੱਸਿਆ ਹੈ ਤਾਂ ਨਿੰਮ ਦਾ ਤੇਲ ਤੁੰਨੀ ਵਿੱਚ ਪਾਉਣ ਨਾਲ ਇਹ ਦਾਗ ਦੂਰ ਹੋ ਜਾਣਗੇ ਤੁੰਨੀ ਵਿੱਚ ਨਿੰਬੂ ਦਾ ਤੇਲ ਲਗਾਉਣ ਨਾਲ ਵਿਦਾਰ ਤੱਬੇ ਦੂਰ ਹੋ ਜਾਂਦੇ ਹਨ ਨੰਬਰ 3 ਧੁੰਨੀ ਵਿੱਚ ਸਰੋਂ ਦਾ ਤੇਲ ਲਗਾਉਣ ਨਾਲ ਕਿੱਲ ਮਹਾਸੇਵੀ ਠੀਕ ਹੋ ਜਾਂਦੇ ਹਨ ਨੰਬਰ 4 ਧੁੰਨੀ ਵਿੱਚ ਤੇਲ ਲਗਾਉਣ ਨਾਲ ਅੱਖਾਂ ਦੀ ਜਲਨ ਖੁਰਕ ਅਤੇ ਸੁੱਕਾਪਣ ਵੀ ਦੂਰ ਹੋ ਜਾਂਦਾ ਹੈ ਨੰਬਰ 5 ਧੁੰਨੀ ਵਿੱਚ ਤੇਲ ਲਗਾਉਣ ਨਾਲ ਸਰੀਰ ਦੇ ਕਿਸੇ ਵੀ ਭਾਗ ਵਿੱਚ ਸੋਜ ਦੀ ਸਮੱਸਿਆ ਖਤਮ ਹੋ ਜਾਂਦੀ ਹੈ ਨੰਬਰ 6 ਸਰੋਂ ਦਾ ਤੇਲ ਧੁੰਨੀ ਵਿੱਚ ਲਗਾਉਣ ਨਾਲ ਗੋਡਿਆਂ ਦੇ ਦਰਦ ਤੋਂ ਵੀ ਰਾਹਤ ਮਿਲਦੀ ਹੈ ਨੰਬਰ 7 ਜੇਕਰ ਤੁਸੀਂ ਮਹਾਸੇਨ ਦੀ ਸਮੱਸਿਆ ਤੋਂ ਪਰੇਸ਼ਾਨ ਹੋ ਤਾਂ ਤੁਹਾਨੂੰ ਨਿੰਮ ਦੇ ਤੇਲ ਨੂੰ ਤੁੰਨੀ ਵਿੱਚ ਲਗਾਉਣਾ ਚਾਹੀਦਾ ਹੈ ਇਸ ਨਾਲ ਤੁਹਾਡੇ ਮਹਾਸੇ ਹੌਲੀ-ਹੌਲੀ ਦੂਰ ਹੋਣ ਲੱਗ ਜਾਣਗੇ ਨੰਬਰ 8 ਤੁੰਨੀ ਤੇ ਸਰੋਂ ਦਾ ਤੇਲ ਲਗਾਉਣ ਨਾਲ ਸਾਡੇ ਚਿਹਰੇ ਦੀ ਰੰਗਤ ਹੋਰ ਵੀ ਜ਼ਿਆਦਾ ਚਮਕਣ ਲੱਗ ਜਾਂਦੀ ਹੈ ਇਸ ਲਈ ਤੁਹਾਨੂੰ ਰੋਜ਼ਾਨਾ ਹੀ ਤੁੰਨੀ ਤੇ ਸਰੋਂ ਦਾ ਤੇਲ ਲਗਾਉਣਾ ਚਾਹੀਦਾ ਹੈ। ਨੰਬਰ 9 ਤੁੰਨੀ ਉੱਪਰ ਤੇਲ ਲਗਾਉਣ ਨਾਲ ਆਦਮੀ ਦੇ ਸਰੀਰ ਦੇ ਸ਼ਕਰਾਣੂਆਂ ਵਿੱਚ ਵਾਧਾ ਹੁੰਦਾ ਹੈ ਤੇ ਇਸ ਨਾਲ ਦਿਮਾਗ ਵੀ ਤੇਜ਼ ਹੋ ਜਾਂਦਾ ਹੈ। ਨੰਬਰ 10 ਬਦਾਮ ਦਾ ਤੇਲ ਲਗਾਉਣ ਨਾਲ ਤੁਹਾਡੀ ਚਿਹਰੇ ਦਾ ਰੰਗ ਨਿੱਖਰ ਜਾਂਦਾ ਹੈ। ਨੰਬਰ 11 ਤੁੰਨੀ ਪ੍ਰਜਨਨ ਤੰਤਰ ਨਾਲ ਜੁੜੀ ਹੋਈ ਹੁੰਦੀ ਹੈ। ਇਸ ਲਈ ਧੁੰਨੀ ਵਿੱਚ ਤੇਲ ਲਗਾਉਣ ਨਾਲ ਪ੍ਰਜਨਨ ਦੀ ਸ਼ਕਤੀ ਵਿਕਸਿਤ ਹੁੰਦੀ ਹੈ।